ਪਰਲ ਕੰਪਨੀ ਪੈਸੇ ਲੈ ਕੇ ਭੱਜੀ ਹੋਈ ਆ, ਤੇ ਇਸ ਟਾਈਮ ਵੋਟਾਂ ਨੇ ਬਾਈ ਆਵਾਜ਼ ਚੁੱਕਣ ਦਾ ਹੁਣ ਟਾਈਮ ਹੈਗਾ। ਇਸ ਵੀਡੀਓ ਨੂੰ ਬਾਈ ਸਕਿੱਪ ਨਾ ਕਰਿਓ, ਵੀਡੀਓ ਨੂੰ ਧਿਆਨ ਨਾਲ ਦੇਖਿਓ, ਵੀਡੀਓ ਨੂੰ ਜਿੰਨਾ ਵੀ ਹੋ ਸਕਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਾਰਿਆਂ ਤੱਕ ਜਾ ਸਕੇ, ਜਿੰਨਾ ਦੇ ਹੁਣ ਪਰਲ ਕੰਪਨੀ ਦੇ ਵਿੱਚ ਪੈਸੇ ਨੇ ਜਿਹੜੇ ਫਸੇ ਹੋਏ ਨੇ, ਸਾਰਿਆਂ ਦੇ ਯਾਰ ਪੈਸੇ ਵਾਪਸ ਹੋ ਸਕਦੇ। ਹੁਣ ਟਾਈਮ ਆ, ਇਹ ਵੋਟਾਂ ਜਦੋਂ ਆਉਂਦੀਆਂ ਨੇ ਉਦੋਂ ਕੁਛ ਇਹ MLA ਹੁੰਦੇ ਆ, ਸਰਕਾਰਾਂ ਹੁੰਦੀਆਂ ਨੇ, ਇਹ ਕੁਛ ਉਦੋਂ ਹੋਰ ਕੁਛ ਹੁੰਦੀਆਂ ਨੇ, ਬਾਅਦ 'ਚ ਕੁਛ ਹੋਰ ਹੁੰਦੀਆਂ ਨੇ। ਇਹ ਹੁਣ ਆਵਾਜ਼ ਚੁੱਕਣ ਦਾ ਹੁਣ ਟਾਈਮ ਆ ਬਾਈ, ਸੋਸ਼ਲ ਮੀਡੀਆ 'ਤੇ ਸਾਰੇ ਜਾਣੇ ਆਵਾਜ਼ ਚੁੱਕੋ, ਅਤੇ ਹੋ ਸਕਦਾ ਇਹ ਮਸਲਾ ਹੱਲ ਹੋ ਸਕਦਾ ਗਾ। ਅਤੇ ਮਾਨ ਸਰਕਾਰ ਨੇ ਇੱਕ ਵਾਰੀ ਚੱਕਿਆ ਸੀਗਾ ਕਦਮ, ਜਾਂ ਕਹਿੰਦੇ ਵੀ ਪੈਸੇ ਵਾਪਸ ਕਰਵਾਵਾਂਗੇ ਜਦੋਂ ਵੋਟਾਂ ਪੈਣੀ ਸੀ, ਉਦੋਂ ਕੁਛ ਹੋਰ ਹੁੰਦੇ ਆ, ਬਾਅਦ 'ਚ ਇਹ ਕੁਛ ਹੋਰ ਹੁੰਦੇ ਆ। ਹੁਣ 2 ਸਾਲ ਹੋ ਗਏ ਬਾਈ, ਹੁਣ ਮਾਨ ਸਰਕਾਰ ਨੇ ਵੀ ਕੁਛ ਨਹੀਂ ਕੀਤਾ। ਹੁਣ ਲੋਕਾਂ ਦੇ ਹੁਣ ਪੈਸੇ ਫਸੇ ਆ, ਕਿਸੇ ਦਾ 10,000, ਕਿਸੇ ਦਾ 20,000, ਕਿਸੇ ਦਾ 50, ਕਿਸੇ ਦਾ 1,00,000। ਹੁਣ ਮੇਰਾ ਪੌਣੇ 2 ਲੱਖ ਰੁਪਈਆ ਹੈਗਾ ਬਾਈ, ਹੈ ਨਾ। ਹੁਣ ਆਵਾਜ਼ ਚੁੱਕਣ ਦਾ ਹੈਗਾ ਟਾਈਮ। ਪਹਿਲੀ ਗੱਲ, ਇਹ ਗਲਤੀ ਪਹਿਲਾਂ ਕਿੰਨਾ ਦੀ ਸੀਗੀ? ਇਹ ਜਿਹੜੇ ਏਜੰਟ ਬਣੇ ਸੀਗੇ ਕੰਪਨੀਆਂ ਦੇ, ਉਹਨਾਂ ਦੀ ਗਲਤੀ ਸੀ ਪਹਿਲਾਂ, ਲੋਕਾਂ ਦੇ ਪੈਸੇ ਜਿਹੜੇ ਲਵਾਏ ਨੇ ਇਹਨਾਂ ਨੇ, ਚਾਹੇ ਦੋਸਤ ਮਿੱਤਰ ਆ, ਚਾਹੇ ਰਿਸ਼ਤੇਦਾਰ ਆ, ਕੋਈ ਵੀ ਆ ਯਾਰ, ਹੈ ਨਾ। ਤੇ ਬਾਈ ਦੇਖੋ, ਹੁਣ ਧੱਕੇ ਨਾਲ ਆਉਂਦੇ ਸੀ ਅਗਲੇ ਦੇ ਘਰੇ, ਨਹੀਂ ਯਾਰ ਤੁਸੀਂ ਪੈਸੇ ਲਾਓ, ਉਹਨਾਂ ਨੂੰ ਕੀ ਹੁੰਦਾ ਸੀਗਾ ਸਾਡਾ ਕਮਿਸ਼ਨ ਬਣ ਜੂ, ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਕੰਪਨੀ ਭੱਜ ਸਕਦੀ ਆ। ਤੇ ਹੁਣ ਵਾਪਸ ਕਰਾਉਣ ਦੀ ਜ਼ਿੰਮੇਵਾਰੀ ਦੇਖੋ ਸਰਕਾਰ ਦੀ ਆ। ਹੁਣ ਜਦੋਂ ਕੰਪਨੀ ਖੁੱਲਦੀ ਆ, ਮਨਜ਼ੂਰੀ ਤਾਂ ਸਰਕਾਰ ਹੀ ਦਿੰਦੀ ਆ, ਸਾਰਾ ਕੁਛ ਸਰਕਾਰ ਕਰਦੀ ਆ, ਹੁਣ ਵਾਪਸ ਵੀ ਸਰਕਾਰ ਇਹ ਕਰਵਾ ਸਕਦੀ ਆ। ਹੁਣ ਵੋਟਾਂ ਨੇ ਤਾਂ ਕਰਕੇ ਵੀ ਹੁਣ ਆਵਾਜ਼ ਚੁੱਕਣ ਦਾ ਹੈਗਾ ਫਾਇਦਾ, ਹੋ ਸਕਦਾ ਵੀ ਪੈਸੇ ਸਭ ਦੇ ਵਾਪਸ ਆ ਸਕਦੇ ਆ, ਸਰਕਾਰ ਦੇ ਹੱਥ ਬੱਸ ਆ ਸਾਰਾ ਕੁਛ, ਕੁਝ ਵੀ ਕਰ ਸਕਦੀ ਆ ਸਰਕਾਰ, ਪੈਸੇ ਵਾਪਸ ਕਰਵਾ ਸਕਦੀ ਆ ਇਹ ਪਰਲ ਕੰਪਨੀ ਤੋਂ ਜਿਹੜੀ ਲੈ ਕੇ ਭੱਜੀ ਹੋਈ ਆ। ਮੈਂ ਤਾਂ ਵੀਡੀਓ ਪਾਈ ਆ ਵੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਤੇ ਸਾਰਿਆਂ ਤੱਕ ਜਾਵੇ, ਆਵਾਜ਼ ਚੁੱਕੋ ਬਾਈ ਹੁਣ ਵੋਟਾਂ ਨੇ। ਤੇ ਇਹ ਪਹਿਲਾਂ ਤਾਂ ਇਹ ਵਾਅਦੇ ਜੇ ਕਰ ਲੈਂਦੇ ਆ, ਤੇ ਬਾਅਦ 'ਚ ਉਹ ਵਾਅਦਿਆਂ 'ਤੇ ਇਹ ਖੜਦੇ ਨਹੀਂ ਹੈਗੇ, ਤਾਂ ਕਰਕੇ ਮੈਂ ਇਹ ਵੀਡੀਓ ਪਾਈ ਆ। ਵੀਡੀਓ ਨੂੰ ਜਿੰਨਾ ਵੀ ਹੋ ਸਕਦਾ ਸ਼ੇਅਰ ਜ਼ਰੂਰ ਕਰ ਦਿਓ, ਸਾਰਿਆਂ ਤੱਕ ਜਾਵੇ।